ਗੁਰਦੁਆਰਾ ਮਗਰ ਸਾਹਿਬ ਪਟਿਆਲਾ ਡਿਸਟ੍ਰਿਕਟ ਦੇਖੋ ਕਿੰਨੀਆਂ ਮੋਮਬੱਤੀਆਂ ਲੱਗੀਆਂ ਹੋਈਆਂ ਔਰ ਫਰਸ਼ ਤੋਂ ਲਹਿ ਰਹੀ ਹੈ ਮੋਮਬੱਤੀ ਲਹਿ ਰਹੀ ਹੈ ਇਹ ਕੁਛ ਨਹੀਂ ਬਣੀ ਤੇਲ ਆ ਜਿਹੜਾ ਇੱਥੋਂ ਉੱਪਰ ਪਾ ਕਰਨਾ ਮਤਲਬ ਕਿਸੇ ਟਾਈਮ ਰੋਸ਼ਨੀ ਦੀ ਲੋੜ ਹੁੰਦੀ ਸੀ ਹੁਣ ਤੇ ਲੋੜ ਨਹੀਂ ਹੈਗੀ ਨਾ ਦੇਖੋ ਦੀਵਾਲੀ ਮਨਾਓ ਬੰਦੀ ਛੋਟ ਦਿਵਸ ਵੀ ਔਰ ਗੁਰੂ ਘਰ ਆਓ ਪਰ ਧਿਆਨ ਰੱਖੋ ਸਫਾਈ ਦਾ ਮਰਿਆਦਾ ਦਾ ਦੇਖੋ ਕਿਸ ਤਰ੍ਹਾਂ ਦੇ ਨਾਲ ਕਿੰਨੀਆਂ ਜ਼ਿਆਦੀਆਂ ਮੋਮਬੱਤੀਆਂ ਜਿਸ ਦੇ ਨਾਲ ਫਰਸ਼ ਵੀ ਜਿਹੜਾ ਖਰਾਬ ਹੋ ਰਿਹਾ ਕਿਹੜੀ ਰੋਸ਼ਨੀ ਹੋ ਰਹੀ ਇੱਥੇ ਔਰ ਦਿਨ ਇਹੋ ਜਿਹੇ ਦਿਨੇ ਹੀ ਮੋਮਬੱਤੀਆਂ ਬਾਲੀਆਂ ਹੋਈਆਂ ਵੈਸੇ ਇਹ ਤਾਂ ਲੱਗਦੀ ਹੈ ਰਹਿਣੀ ਹੈ ਸਾਫ ਭਾਵੇਂ ਨਾ ਵੀ ਕਰ ਅਜੇ ਤੇ ਅੱਜ ਰਾਤ ਨੂੰ ਬਹੁਤ ਲੱਗਣੀ ਹੈ ਇਹ ਲੋਕੀ ਵੇਖੋ ਵੇਖੋ ਲੱਗ ਜਾਂਦੇ ਨਾ ਤੇ ਦੋਸਤੋ ਹੈਪੀ ਦੀਵਾਲੀ ਬੰਦੀ ਛੋਟ ਦਿਵਸ ਦੀਆਂ ਮੁਬਾਰਕਾਂ ਔਰ ਗੁਰੂ ਘਰਾਂ 'ਚ ਮਰਿਆਦਾ ਔਰ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ ਇਹ ਤੁਸੀਂ ਹੀ ਰੱਖਣਾ ਬਹੁਤ ਬਹੁਤ ਧੰਨਵਾਦ ਜੀ